गल करिए किसानी अंदोलन की, खेती कानूनों के विरोध में किसानों का अंदोलन चल रहा है। दिल्ली दीयां सरहदां ते किसान डटे हुए ने। सर्दियों का मौसम सी, सर्दियां लंघ गईयां, गर्मियां आ गईयां। सर्दियों के प्रबंध किसानों ने सर्दियों के मुताबिक किए सीगे, तो हुण गर्मियां आ गईयां ने, गर्मियों भी प्रबंध ने जिहड़े वो गर्मियों के मुताबिक किए जा रहे ने। कूलर ने, एसी ने, पखे ने, ट्रालियों के विचों लगाए जा रहे ने, पक्के मकान ने जिहड़े वो बनाए जा रहे ने, ते नाल दी नाल लंगर ने जिहड़े वह भी इत्थे बदल रहे ने। गर्मियों के मुताबिक लंगर लग रहे ने, गन्ने के जूस के लंगर लग रहे ने, कोल्ड ड्रिंक के लंगर लग रहे ने। अज तुहानू दिखा रहे हैं तस्वीर, आइसक्रीम के लंगर लाए गए ने वीरां वल्लों। एक आइसक्रीम के लंगर ने जिहड़े वह इत्थे लगाए गए ने, ते एक वखरा उपराला जिहड़ा वह किया गया इत्थे। संगतां ने जिहड़ियां किसान ने जिहड़े आइसक्रीम दे लई खड़े ने, ते काफ़ी लाइनां लगियां ने, आइसक्रीम दे लंगर लगाए गए ने गर्मी दे मौसम नूं देखदे होए। साडे नाल किसान ने इत्थे, उहनां नाल वी गल करांगे वो किस तरह देखदे ने। हांजी वीर जी, की नाम है जी? गुरमीत सिंह जी। कि जगह तो आए हो जी तुसीं? इत्थे आ जी, राणवा तो आया जी, फतेहगढ़ साहब जिले तो। ਇਹ ਆਈਸਕ੍ਰੀਮ ਦਾ ਲੰਗਰ ਕਿੱਦਾਂ ਤੁਹਾਡੇ ਮਨ 'ਚ ਇਹ ਵਿਚਾਰ ਆਇਆ ਵੀ ਆਈਸਕ੍ਰੀਮ ਦਾ ਲੰਗਰ? ਗਰਮੀ ਨੂੰ ਦੇਖਦੇ ਹੋਏ ਜੀ, ਹਾਂਜੀ, ਗਰਮੀ ਦੇ ਮੌਸਮ ਨੂੰ ਦੇਖਦੇ ਹੋਏ, ਹਾਂਜੀ, ਇਹ ਸਾਡੇ ਵਿਚਾਰ ਆਇਆ ਮਨ 'ਚ ਵੀ ਕੋਲਡ ਡਰਿੰਕ ਦਾ ਲੰਗਰ ਲਾਇਆ ਜੀ, ਅੱਜ ਅਸੀਂ ਆਈਸਕ੍ਰੀਮ ਦਾ ਲਾਇਆ, ਉਹ ਤੋਂ ਪਹਿਲਾਂ ਫਰੂਟ ਚਾਟ ਦਾ ਲਾਇਆ ਜੀ। ਹਾਂਜੀ, ਇਹ ਆਈਸਕ੍ਰੀਮ ਆ ਜਿਹੜੀ ਤੁਸੀਂ ਪੰਜਾਬ ਤੋਂ ਲੈ ਕੇ ਆਏ ਹੋ ਜਾਂ ਇੱਥੋਂ ਪ੍ਰਬੰਧ ਕੀਤਾ? ਦਿੱਤੀ ਹੈ ਇੱਥੋਂ ਹੀ ਇੱਥੇ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਅੱਗੇ ਕਿੱਦਾਂ ਦੇ ਉਪਰਾਲੇ ਕੀਤੇ ਜਾਣਗੇ, ਕਿਉਂਕਿ ਮੌਸਮ ਬਦਲ ਰਿਹਾ ਹੈ, ਹੋਰ ਵੀ ਕਾਫੀ ਦਿੱਕਤਾਂ ਆਉਣੀਆਂ ਨੇ ਇੱਥੇ, ਕਿੱਦਾਂ ਦੇ ਉਪਰਾਲੇ ਕੀਤੇ ਜਾਣਗੇ? ਜਿਵੇਂ ਜਿਵੇਂ ਮੌਸਮ ਹੋਊਗਾ ਉਦਾਂ ਉਦਾਂ ਲਾਊਂਗਾ ਜੀ ਲੰਗਰ। ਇਹ ਲੰਗਰ ਨਿਰੰਤਰ ਲੱਗਦੇ? ਹਾਂਜੀ ਹਾਂਜੀ, ਲੱਗਦੇ ਰਹਿਣਗੇ, ਜਾਰੀ ਰਹਿਣਗੇ। ਇਹ ਪਿੰਡ ਦੇ ਆ ਵੱਲੋਂ ਹੈ ਜਿਹੜਾ ਢਾਲ ਕੱਠੀ ਗਈ NRI ਭਰਾਵਾਂ ਦੇ ਸਦਕਾ ਜੀ ਸੇਵਾ ਕੀਤੀ ਗਈ ਜੀ 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 NRI ਭਰਾਵਾਂ ਦੇ ਸਦਕਾ ਇਹ ਲੰਗਰ ਲੱਗ ਰਹੇ ਨੇ, ਅਤੇ ਸਾਡੇ ਨਾਲ ਹੋਰ ਵੀ ਵੀਰ ਨੇ। ਹਾਂਜੀ, ਕੀ ਨਾਮ ਹੈ ਜੀ? ਸੁਰਿੰਦਰਪਾਲ ਸਿੰਘ ਜੀ, ਸਾਬਕਾ ਸਰਪੰਚ ਰਾਣਵਾ। ਕੀ ਕਹਿੰਗੇ ਵੀਰ ਜੀ, ਸਰਕਾਰਾਂ ਦੀਆਂ ਜੋ ਨੀਤੀਆਂ ਨੇ ਉਹ ਕਹਿ ਰਹੀਆਂ ਨੇ ਫੰਡਿੰਗ ਕਿੱਥੋਂ ਆ ਰਹੀ ਆ, ਦੇਸ਼ ਵਿਰੋਧੀ ਤਾਕਤਾਂ ਫੰਡਿੰਗ ਕਰ ਰਹੀਆਂ ਨੇ, ਪਰ ਇੱਥੇ ਤਾਂ ਲੰਗਰ ਨੇ ਬਾਬੇ ਨਾਨਕ ਦੇ ਲੰਗਰ ਨੇ ਜਿਹੜੇ ਵੀਰ ਜੀ। ਬਾਬੇ ਨਾਨਕ ਦਾ ਲੰਗਰ ਆ, ਇਹ ਕਦੇ ਮੁੱਕਦਾ ਜੀ? ਉਹਨਾਂ 2 ਰੁਪਏ ਲਾ ਦਿਆ, ਮੈਂ ਕਹਿੰਦਾ 100 ਦਾ ਲਾ ਦਿੰਦਾ, ਫਿਰ ਤਾਂ ਸਾਰੀ ਦਿੱਲੀ ਨੂੰ ਰੁੱਖ ਕਰ ਜਾਂਦਾ। ਇਹ ਬਾਬੇ ਦੀ ਕਿਰਪਾ ਜੀ ਪੂਰੀ ਮਹਾਰਾਜ ਦੀ ਜੀ ਜੀ। ਹਾਂਜੀ ਹਾਂ, ਇਹ ਵੀਰ ਨੇ, ਇਹਨਾਂ ਦਾ ਕਹਿਣਾ ਹੈ ਕਿ ਬਾਬੇ ਨਾਨਕ ਦਾ ਲੰਗਰ ਹੈ ਜਿਹੜਾ 20 ਰੁਪਏ ਦਾ ਲਗਾਇਆ ਗਿਆ ਸੀਗਾ, ਉਹੀ ਲੰਗਰ ਨੇ ਜਿਹੜੇ ਚੱਲ ਰਹੇ ਨੇ, ਅਤੇ ਇੱਦਾਂ ਹੀ ਚੱਲਦੇ ਰਹਿਣੇ ਨੇ। ਇੱਥੇ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ, ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ, ਆਈਸਕ੍ਰੀਮ ਦੇ ਲੰਗਰ ਨੇ ਲਗਾਏ ਗਏ ਨੇ, ਰਾਣਵਾ ਪਿੰਡ ਤੋਂ ਇਹ ਲੰਗਰ ਲਗਾਇਆ ਗਿਆ ਹੈ, ਅਤੇ ਵੱਡੇ ਇਕੱਠ ਨੇ ਜਿਹੜੇ ਉਹ ਇੱਥੇ ਕਿਸਾਨਾਂ ਦੇ ਦੇਖਣ ਨੂੰ ਮਿਲ ਰਹੇ ਨੇ। ਲੰਬੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਅਤੇ ਕਾਫੀ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਮੌਸਮ ਨੂੰ ਦੇਖਦੇ ਹੋਏ, ਮੌਸਮ ਦੇ ਮੱਦੇਨਜ਼ਰ। ਅਤੇ ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ, ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ, ਦਿੱਲੀ।